ਪੰਜਾਬ ਤੋਂ ਜਾਂ ਹਿੰਦੁਸਤਾਨ ਤੋਂ ਬਾਹਰ ਜਿਸ ਵੀ ਦੇਸ਼ ਦੇ ਵਿੱਚ ਗਏ ਨੇ ਉੱਥੇ ਜਾ ਕੇ ਉਹਨਾਂ ਨੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਨੇ, ਭਾਵੇਂ ਬਿਜ਼ਨਸ ਦੇ ਤੌਰ 'ਤੇ ਅਤੇ ਭਾਵੇਂ ਹੋਰ ਪੋਲੀਟੀਕਲ ਤੌਰ 'ਤੇ। ਇਸ ਦੇ ਨਾਲ ਨਾਲ ਆਪਣੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਵੀ ਹਮੇਸ਼ਾ ਤਤਪਰ ਰਹਿੰਦੇ ਨੇ। ਅਲਬਰਟਾ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਇੱਥੇ ਵੱਖ ਵੱਖ ਟੂਰਨਾਮੈਂਟ ਕਰਵਾਏ ਜਾਂਦੇ ਨੇ ਜਿਸ ਦੇ ਲਈ ਪੰਜਾਬੀਆਂ ਦੇ ਵਿੱਚ ਬਹੁਤ ਉਤਸ਼ਾਹ ਪਾਇਆ ਜਾਂਦਾ। ਹੁਣ BC ਫੈਡਰੇਸ਼ਨ, ਓਨਟਾਰੀਓ ਫੈਡਰੇਸ਼ਨ ਅਤੇ ਅਲਬਰਟਾ ਫੈਡਰੇਸ਼ਨ ਕਬੱਡੀ ਦੇ ਟੂਰਨਾਮੈਂਟ ਕਰਵਾਉਣ ਦੇ ਲਈ ਅੱਜ ਵਿਸ਼ੇਸ਼ ਮੀਟਿੰਗ ਕਰ ਰਹੇ ਨੇ ਕਿ ਕਿਸ ਤਰ੍ਹਾਂ ਵਧੀਆ ਢੰਗ ਦੇ ਨਾਲ ਵੱਖ ਵੱਖ ਟੂਰਨਾਮੈਂਟ ਕਰਵਾਏ ਜਾ ਸਕਦੇ ਹਨ। ਇਹਨਾਂ ਟੂਰਨਾਮੈਂਟ ਦੇ ਵਿੱਚ ਚੰਗੇ ਪਲੇਅਰ ਲੈ ਕੇ ਆਉਣ ਲਈ ਕੀ ਉਪਰਾਲੇ ਕੀਤੇ ਜਾ ਰਹੇ ਹਨ, ਇਸ ਬਾਰੇ ਆਪਾਂ ਇਸ ਫੈਡਰੇਸ਼ਨ ਦੇ ਪ੍ਰਧਾਨ ਸਾਹਿਬ ਤੋਂ ਪੁੱਛਦੇ ਹਾਂ। ਪ੍ਰਧਾਨ ਸਾਹਿਬ, ਜੋ ਤੁਸੀਂ ਇਹ ਟੂਰਨਾਮੈਂਟ ਕਰਵਾ ਰਹੇ ਜੇ, ਇਹਨਾਂ ਟੂਰਨਾਮੈਂਟ ਦੇ ਵਿੱਚ ਕਿੱਦਾਂ ਦੇ ਤੁਸੀਂ ਪਲੇਅਰ ਲੈ ਕੇ ਆਓਗੇ, ਤੁਹਾਡਾ ਕੀ ਪ੍ਰੋਗਰਾਮ ਹੈ? ਸਾਡਾ ਜੀ ਇੱਥੇ ਵਧੀਆ ਪਲੇਅਰ ਲਿਆ ਕੇ, ਇੰਡੀਆ ਤੋਂ ਸਭ ਤੋਂ ਟੌਪ ਦੇ ਪਲੇਅਰ ਇੱਥੇ ਸਾਰੇ ਆਉਣਗੇ, ਅਮੈਰੀਕਾ ਦੇ ਅਤੇ ਕੈਨੇਡਾ ਦੇ ਜਿਹੜੇ ਵੀ ਲੋਕਲ ਟੌਪ ਦੇ ਸਾਰੇ ਪਲੇਅਰ ਆ, ਸਾਡੀਆਂ ਤਿੰਨਾਂ ਫੈਡਰੇਸ਼ਨਾਂ ਲਈ ਖੇਡਣਗੇ। ਜਿਹੜੇ ਤੁਹਾਡੇ ਟੌਪ ਦੇ ਪਲੇਅਰ ਨੇ, ਪਰ ਪਹਿਲਾਂ 2011 ਦੇ ਵਿੱਚ ਬਹੁਤ ਸਾਰੇ ਪਲੇਅਰਾਂ ਨੂੰ ਵੀਜ਼ਾ ਮਿਲਿਆ ਸੀ, ਪਰ ਕੁਛ ਫੈਡਰੇਸ਼ਨ ਜਿਹੜੀਆਂ ਸੀ ਉਹਨਾਂ ਦੇ ਪਲੇਅਰ ਵਾਪਸ ਨਹੀਂ ਗਏ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਾਡੀਆਂ ਇਹਨਾਂ ਤਿੰਨਾਂ ਫੈਡਰੇਸ਼ਨਾਂ ਦੇ ਵਿੱਚ ਜੇ ਵੀ ਕਿਸੇ ਦਾ ਕੋਈ ਪਲੇਅਰ ਨਹੀਂ ਗਿਆ, ਉਹਨਾਂ ਦੀਆਂ ਟੀਮਾਂ ਜਿਹੜੀਆਂ ਅਸੀਂ ਕੱਢਤੀਆਂ, ਸਿਰਫ ਜਿਹੜੀਆਂ ਸਾਫ਼ ਸੁਥਰੀਆਂ ਟੀਮਾਂ ਉਹੀ ਟੀਮਾਂ ਰੱਖੀਆਂ ਗਈਆਂ ਤਿੰਨਾਂ ਫੈਡਰੇਸ਼ਨਾਂ ਦੇ ਵਿੱਚ, ਅਤੇ ਨੈਕਸਟ ਟਾਈਮ ਵਾਸਤੇ ਵੀ ਉਹੀ ਟੀਮਾਂ ਰਹਿਣਗੀਆਂ ਜਿਹੜੀਆਂ ਉਹਨਾਂ ਦੇ ਸਾਰੇ ਪਲੇਅਰ ਵਾਪਸ ਮੰਨਣਗੇ ਜੀ। ਬਹੁਤ ਸਾਰੇ ਪਲੇਅਰਾਂ ਦੇ ਉੱਤੇ ਦੋਸ਼ ਲੱਗਦਾ ਕਿ ਉਹ ਡਰੱਗ ਲੈ ਕੇ ਕਬੱਡੀ ਖੇਡਦੇ ਨੇ, ਇਹਨੂੰ ਰੋਕਣ ਵਾਸਤੇ ਜੋ ਤੁਸੀਂ ਤਿੰਨ ਫੈਡਰੇਸ਼ਨ ਇਕੱਠੀਆਂ ਹੋਈਆਂ ਨੇ, ਕੀ ਉਪਰਾਲੇ ਕਰ ਰਹੀਆਂ ਜੀ? ਅਸੀਂ ਜਿਹੜੇ ਇੰਡੀਆ ਤੋਂ ਪਲੇਅਰ ਲਿਆਉਂਦੇ ਹਾਂ ਉੱਥੇ ਟੈਸਟ ਕਰਾ ਕੇ ਸਾਰੇ ਲਿਆਉਂਦੇ ਹਾਂ, ਅਤੇ ਜਿਹੜੇ ਇੱਥੇ ਵੀ ਪਲੇਅਰ ਲੋਕਲ ਵੀ ਖਿਡਾਉਣੇ ਆ ਉਹਨਾਂ ਦੇ ਵੀ ਟੈਸਟ ਕਰਵਾਵਾਂਗੇ, ਅਤੇ ਜਿਹੜੇ ਇੰਡੀਆ ਤੋਂ ਪਲੇਅਰ ਲਿਆਉਣੇ ਇੱਥੇ ਉਹਨਾਂ ਦੇ ਵੀ ਦੁਬਾਰਾ ਟੈਸਟ ਕਰਾਵਾਂਗੇ ਜੀ। ਅਲਬਰਟਾ ਫੈਡਰੇਸ਼ਨ ਦੇ ਸਕੱਤਰ ਸਾਹਿਬ ਸਰਦਾਰ ਜਲੰਧਰ ਸਿੰਘ ਸਿੱਧੂ ਸਾਡੇ ਨਾਲ ਨੇ। ਸਿੱਧੂ ਸਾਹਿਬ, ਜੋ ਤੁਸੀਂ ਇਹ ਤਿੰਨੇ ਫੈਡਰੇਸ਼ਨ ਇਕੱਠੀਆਂ ਹੋ ਕੇ ਕਬੱਡੀ ਦੇ ਟੂਰਨਾਮੈਂਟ ਕਰਵਾ ਰਹੇ ਜੇ, ਇਹਦੇ ਲਈ ਕੀ ਵਿਸ਼ੇਸ਼ ਤਿਆਰੀਆਂ ਕੀਤੀਆਂ ਤੁਸੀਂ? ਇਹ ਤਿੰਨੇ ਕਬੱਡੀ ਦੀਆਂ ਫੈਡਰੇਸ਼ਨਾਂ, ਅਲਬਰਟਾ ਕਬੱਡੀ PSC, BC ਫੈਡਰੇਸ਼ਨ ਅਤੇ ਓਨਟਾਰੀਓ ਫੈਡਰੇਸ਼ਨ, ਇਹ ਅੱਜ ਦੀਆਂ ਨਹੀਂ ਇਕੱਠੀਆਂ, ਇਹ ਬਹੁਤ ਲੌਂਗ ਟਾਈਮ ਤੋਂ ਇਕੱਠੀਆਂ ਕੰਮ ਕਰ ਰਹੀਆਂ ਹੈਗੀਆਂ, ਅਤੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਯਾਨੀ ਕਿ ਜਿਹੜੇ ਆਪਣਾ ਵਰਲਡ ਕੱਪ ਦੇ ਵਿੱਚ ਖੇਡੇ ਪਲੇਅਰ, ਚਾਹੇ ਅਮੈਰੀਕਾ ਦੇ ਵਿੱਚ ਹੈਗਾ, ਚਾਹੇ ਇੰਗਲੈਂਡ ਦੇ ਵਿੱਚ ਹੈ, ਚਾਹੇ ਕੈਨੇਡਾ, ਚਾਹੇ ਇੰਡੀਆ, ਜਿਹੜੇ ਇੰਡੀਆ ਤੋਂ ਪਲੇਅਰ ਹੋਣਗੇ ਉਹ ਸਾਰੇ ਵਰਲਡ ਕੱਪ ਖੇਡੇ ਪਲੇਅਰ ਹੋਣਗੇ, ਅਤੇ ਉਹੀ ਇੱਥੇ ਪਲੇਅਰ ਖੇਡਣਗੇ। ਮਾਨ ਸਾਹਿਬ, ਜਿਹੜੇ ਕਬੱਡੀ ਕਰਾਉਣ ਦਾ ਮੁੱਖ ਮਕਸਦ ਇਹ ਆ ਕਿ ਇੱਥੋਂ ਦੇ ਨੌਜਵਾਨਾਂ ਨੂੰ ਕਬੱਡੀ ਦੇ ਨਾਲ ਹੋਰ ਪਿਆਰ ਉਹਨਾਂ ਦਾ ਪਵੇ, ਹੋਰ ਉਤਸ਼ਾਹਿਤ ਹੋਣ, ਪਰ ਵੇਖਿਆ ਜਾਂਦਾ ਕਿ ਬਹੁਤ ਸਾਰੇ ਪਲੇਅਰ ਤੁਸੀਂ ਹਿੰਦੁਸਤਾਨ ਤੋਂ ਹੀ ਸੱਦੇ ਆ, ਉਹ ਦੋ ਦਿਨ ਆਉਂਦੇ ਕਬੱਡੀ ਖੇਡ ਕੇ ਵਾਪਸ ਚਲੇ ਜਾਂਦੇ ਆ, ਪਰ ਲੋਕਲ ਜਿਹੜੇ ਪਲੇਅਰਸ ਨੇ ਉਹਨਾਂ ਵਾਸਤੇ ਤੁਸੀਂ ਕੋਈ ਉਪਰਾਲੇ ਕਰ ਰਹੇ ਹਾਂ ਜਾਂ ਉਹ ਕੀ ਤੁਸੀਂ ਕਹਿਣਾ ਚਾਹੋਗੇ? ਹਾਂਜੀ ਭਾਅ ਜੀ, ਅਸੀਂ ਉਪਰਾਲਾ ਕਰ ਰਹੇ ਹਾਂ ਕਿਉਂਕਿ ਇਸ ਸਾਲ ਅਸੀਂ ਸਿਰਫ 4 ਪਲੇਅਰ ਹੀ ਆ ਜਿਹੜੇ ਇੰਡੀਆ ਤੋਂ ਮੰਗਾ ਰਹੇ ਜੀ, ਬਾਕੀ ਜਿਹੜੇ ਪਲੇਅਰ ਅਸੀਂ ਲੋਕਲ ਪਲੇਅਰ ਇੱਥੋਂ ਜਿਵੇਂ 6 ਪਲੇਅਰ ਇੱਥੋਂ, 10 ਪਲੇਅਰ ਟੋਟਲ ਹੁੰਦੇ ਆ ਜੀ, ਅਤੇ ਬਾਕੀ ਇੱਥੋਂ ਅਸੀਂ ਲੈ ਰਹੇ ਹਾਂ। ਇਹ ਪ੍ਰਧਾਨ ਸਾਹਿਬ, ਇਹ ਜਿਹੜੀਆਂ ਤੁਸੀਂ ਹੁਣ ਕਰਾ ਰਹੇ ਤਿੰਨੇ ਫੈਡਰੇਸ਼ਨਸ ਰਲ ਕੇ, ਇਹ ਤੁਹਾਡਾ ਕੀ ਏਜੰਡਾ ਕੀ ਹੈ? ਤੁਸੀਂ ਇਹ ਤਿੰਨੇ ਫੈਡਰੇਸ਼ਨਸ ਇਕੱਠੀਆਂ ਹੋ ਕੇ ਜੋ ਟੂਰਨਾਮੈਂਟ ਕਰਾ, ਤੁਸੀਂ ਇਹਦੇ ਵਿੱਚ ਕੀ ਸਾਬਤ ਕਰਨਾ ਚਾਹੁੰਦੇ, ਕੀ ਏਜੰਡਾ ਤੁਹਾਡਾ? ਏਜੰਡਾ ਸਾਡਾ ਇਹੀ ਹੈ ਵੀ ਆਪਣਾ ਸਾਫ਼ ਸੁਥਰੇ ਆਪਣਾ ਪਬਲਿਕ ਨੂੰ ਅਸੀਂ ਟੂਰਨਾਮੈਂਟ ਵਿਖਾਈਏ, ਅਤੇ ਜਿਹੜੇ ਆਪਣਾ ਮਾਂ ਖੇਡ ਕਬੱਡੀ ਇਹਦੇ ਨਾਲ ਆਪਣੇ ਬੰਦੇ ਜੁੜੇ, ਤੁਸੀਂ ਦੇਖੋ ਜਦੋਂ ਆਪਣਾ ਟੂਰਨਾਮੈਂਟ ਆਉਂਦਾ ਕਿੰਨੇ ਕਿੰਨੇ ਤਕੜੇ ਇਕੱਠ ਹੁੰਦੇ ਹੈਗੇ ਆ, ਸਾਰਿਆਂ ਨਾਲੋਂ ਜ਼ਿਆਦਾ ਇਕੱਠ ਕਬੱਡੀ ਦੇ ਟੂਰਨਾਮੈਂਟਾਂ ਦੇ ਹੁੰਦੇ ਆ, ਉਹ ਤਾਂ ਹੀ ਹੁੰਦੇ ਆ ਜੇ ਸਾਫ਼ ਸੁਥਰੇ ਪਲੇਅਰ ਆਉਂਦੇ ਹੈਗੇ ਆ, ਵਧੀਆ ਟੀਮਾਂ ਖੇਡਦੀਆਂ, ਵਧੀਆ ਕਲੱਬਾਂ ਖੜਾਉਂਦੀਆਂ। ਸਾਡੇ ਨਾਲ ਗੱਲਬਾਤ ਕਰਨ ਲਈ ਹਾਜ਼ਰ ਨੇ ਬਹੁਤ ਵਧੀਆ ਕਬੱਡੀ ਦੇ ਪਲੇਅਰ ਸ਼ੈਰੀ ਧਾਲੀਵਾਲ, ਜੋ ਆਪ ਬਹੁਤ ਅੱਛੇ ਪਲੇਅਰ ਨੇ ਅਤੇ ਨਾਲ ਦੀ ਨਾਲ ਬਹੁਤ ਵਧੀਆ ਕੋਚ ਵੀ ਨੇ। ਧਾਲੀਵਾਲ ਸਾਹਿਬ, ਜੋ ਤੁਸੀਂ ਆਪ ਕਬੱਡੀ ਖੇਡਦੇ ਹੋ ਅਤੇ ਬਾਕੀ ਹੋਰ ਨੌਜਵਾਨਾਂ ਨੂੰ ਸਿਖਾਉਂਦੇ ਹੋ, ਇਹਦੇ ਵਿੱਚ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਇੱਥੇ ਜੇ ਪੀੜ੍ਹੀ ਆ ਹਿੰਦੁਸਤਾਨ ਨਾਲੋਂ ਕਿਸ ਤਰ੍ਹਾਂ ਵੱਖਰਾ ਮਹਿਸੂਸ ਕਰਦੇ ਹੋ? ਭਾਅ ਜੀ, ਜਦੋਂ ਮੈਂ ਬਚਪਨ ਤੋਂ ਕਬੱਡੀ ਖੇਡਦਾ ਅਤੇ ਮੈਨੂੰ ਇੱਥੋਂ ਹੈਗਾ ਕਿ ਇੱਥੋਂ ਵਾਲੇ ਮੁੰਡੇ ਵੀ ਉੱਠਣ ਨਸ਼ਿਆਂ ਤੋਂ ਬਚਣ, ਕਬੱਡੀ ਬਦਨਾਮ ਤਾਂ ਹੈਗੀ ਬਹੁਤ ਨਸ਼ਿਆਂ ਦੇ ਲਈ, ਪਰ ਨਸ਼ੇ ਪਲੇਅਰ ਨਹੀਂ ਕਰਦੇ, ਬਾਹਰ ਬੈਠੇ ਲੋਕ ਹੀ ਕਰਦੇ ਆ। ਪਰ ਜਿੱਥੇ ਵੀ ਕਿਤੇ ਟੂਰਨਾਮੈਂਟ ਹੁੰਦਾ ਉੱਥੋਂ ਬਾਅਦ ਕਈ ਬੋਰੀਆਂ ਸਰਿੰਜਾਂ ਦੇ ਨਿਕਲਦੀਆਂ ਨਸ਼ਿਆਂ ਦੀਆਂ, ਉਹ ਕੌਣ ਕਰਦੇ ਆ? ਭਾਅ ਜੀ, ਇਹ ਪਲੇਅਰਾਂ ਦੀ ਬਦਨਾਮ ਹੈ, ਜੇ 100 ਪਲੇਅਰ 'ਚ 2 ਪਲੇਅਰ ਕਰਦੇ ਵੀ ਹੋਣਗੇ ਜਾਂ 10 ਕਰਦੇ ਵੀ ਹੋਣਗੇ, 90 ਤਾਂ ਬਦਨਾਮ ਉਹਦੇ ਨਾਲ ਹੀ ਹੋ ਗਏ, ਸਾਰੇ ਪਲੇਅਰ ਨਹੀਂ ਕਰਦੇ। ਵੈਰੀ ਗੁੱਡ। ਜੋ ਤੁਸੀਂ ਇਹ ਟੂਰਨਾਮੈਂਟ ਕਰਾ ਰਹੇ ਜੇ, ਤੁਹਾਡਾ ਇਹ ਆਸ ਆ ਕਿ ਜੋ ਇੱਥੇ ਪਲੇਅਰ ਆਉਣ ਉਹ ਨਸ਼ਿਆਂ ਤੋਂ ਰਹਿਤ ਹੋ ਕੇ ਚੰਗੀ ਕਬੱਡੀ ਖੇਡਣ, ਚੰਗੀ ਸਿਹਤ ਬਣਾਉਣ? ਜਿਹੜੇ ਅਸੀਂ ਇੰਡੀਆ ਤੋਂ ਸੱਦ ਰਹੇ ਹਾਂ ਉਹਨਾਂ ਦੇ ਕੱਲ੍ਹ ਇਹ ਟੈਸਟ ਹੋਏ ਆ ਇੰਡੀਆ, ਅਤੇ ਇੱਥੋਂ ਵਾਲੇ ਪਲੇਅਰਾਂ ਦੇ ਵੀ ਟੈਸਟ ਹੋਣਗੇ, ਜਿੱਦਾਂ ਵਰਲਡ ਕੱਪ ਜਿਹੜੇ ਖੇਡਦੇ ਆ ਅਤੇ ਉੱਥੇ ਪਹਿਲਾਂ ਟੈਸਟ ਹੋਏ ਉਹਨਾਂ ਦੇ, ਅਤੇ ਉਹੀ ਪਲੇਅਰ ਆ ਰਹੇ ਆ। ਜਿਸ ਤਰ੍ਹਾਂ ਸ਼ੈਰੀ ਧਾਲੀਵਾਲ ਨੇ ਦੱਸਿਆ ਕਿ ਜੋ ਵਧੀਆ ਪਲੇਅਰ ਉੱਥੇ ਵਰਲਡ ਕਬੱਡੀ ਕੱਪ ਦੇ ਵਿੱਚ ਖੇਡੇ ਨੇ ਉਹਨਾਂ ਦੇ ਡਰੱਗ ਟੈਸਟ ਹੋ ਚੁੱਕੇ ਨੇ, ਉਹੀ ਪਲੇਅਰ ਇੱਥੇ ਆ ਕੇ ਅਲਬਰਟਾ ਦੀਆਂ ਵੱਖ ਵੱਖ ਟੂਰਨਾਮੈਂਟ ਦੇ ਵਿੱਚ ਆਪਣੀ ਪ੍ਰਦਰਸ਼ਨੀ ਕਰਨਗੇ। ਅਸੀਂ ਆਸ ਕਰਦੇ ਹਾਂ ਕਿ ਜੋ ਇਹ ਤਿੰਨੋਂ ਫੈਡਰੇਸ਼ਨ, BC ਫੈਡਰੇਸ਼ਨ, ਅਲਬਰਟਾ ਫੈਡਰੇਸ਼ਨ ਅਤੇ ਓਨਟਾਰੀਓ ਫੈਡਰੇਸ਼ਨ ਰਲ ਕੇ ਇਹ ਟੂਰਨਾਮੈਂਟ ਕਰਵਾ ਰਹੇ ਨੇ, ਇਹਨਾਂ ਦੇ ਵਿੱਚ ਇਹ ਕਾਮਯਾਬ ਹੋਣ। ਗੁਰਪ੍ਰਿੰਦਰ ਸਿੰਘ।